रहीमिया खान के नवाही इलाका कच्चा सादिकाबाद रोड पर माँ बाप की फरियाद कि हमारी बेटी महनाज बीबी को अगवा कर लिया गया है। मजीद देखते हैं मुनीर अहमद की इस रिपोर्ट में। रहीमिया खान के नवाही इलाका कच्चा सादिकाबाद बस्ती तोहिदाबाद से वर्षा माँ बाप की फरियाद। तफसीलात के मुताबिक वर्षा ने बयान देते हुए बताया, भैया सारे कितने रिश्ते कितने हैं ना, सर रिश्ते दी हाँ कर दी थी, ऐसे अफजल दे ना है जरा ना, 8 महीने 7 महीने बाद वाला दोबारा एन भी उन्होंने आके साको हाँ करें दो ना करें दो, असी ना कर दी थी, उन्होंने जरा ना सारे ना ये सारी लड़की अगवा कर दी थी, असा बहुत परेशान ऐसे, असा मजबूर ऐसे, सा गरीब ऐसे, सारी रोटी पूरी करनी जैसा कि तो इतने पैसे आन जाए लाऊ सर नाल मेहरबान की उन्हें सर नाल तावन से आवे ਪਹਿਲਾਂ ਅਸਾਂ ਕੱਚਾ ਸਦਕਾਬਾਦ ਰੋਡ 'ਤੇ ਬੈਠੇ ਸੀ, ਰੋਡ ਦੇ ਨਾਲ ਬੈਠੇ ਸੀ, ਟੀਵੀ ਸਾਨੂੰ ਨਾਲ ਲੱਗਦੀ ਹੈ ਨਗਰ ਅਤੇ ਇਲਾਕਾ ਸਾਨੂੰ ਪੁਰਸਾ ਲੱਗਦੇ ਨੇ ਗਰ 13 ਜਣ ਸੀਗੇ, ਸਾਡੀ ਛੋਕਰੀ ਲਾਪਤਾ ਹੈ, ਅਸਾਂ ਪੁਲਿਸ ਕਿਨੇ ਗਏ ਸੀ ਥਾਣੇ 'ਤੇ ਕਿਤੇ ਜਿਵੇਂ ਕਈ ਪਾਸੇ ਵੀ ਧੱਕੇ ਸੀ, ਸਾਡੀ ਗੁਜ਼ਾਰ ਨਹੀਂ ਸੁਣਦਾ ਨਹੀਂ ਗਾ, ਹਰ ਪਾਸੇ ਅਸਾਂ ਫਾਟਕ ਜ਼ਿੰਮੀਦਾਰ ਹੈ ਕਿਨੇ ਕਿਤੇ ਸਾਡੀ ਗੁਜ਼ਾਰ ਨਹੀਂ ਸੁਣਦੇ ਨੇ ਗਾ। ਮੇਰੇ ਨਾਂ ਸ਼ਨਾਜ਼ ਹੈ, ਮੇਰੀ ਕੋਈ ਨਹੀਂ ਸੁਣਦਾ, ਮੈਂ ਗਰੀਬ ਹਾਂ, ਮੇਰੀ ਜਿਹੜੀ ਫਰਿਆਦ ਕੋਈ ਨਹੀਂ ਸੁਣਦਾ, ਮੈਂ ਥਾਣੇ 'ਤੇ ਗਈਆਂ ਜ਼ਿੰਮੀਦਾਰਾਂ ਕਨੇ ਗਈਆਂ, ਕੋਈ ਮੇਰੀ ਗੱਲ ਨਹੀਂ ਸੁਣੀ, ਤੇ ਜਿਹੜਾ ਨਾ ਹੁਣ ਮਿਹਰਬਾਨੀ ਕਰਨ ਜੋ ਵੀ, ਤੇ ਮੇਰੀ ਧੀ ਲਾਪਤਾ ਹੈ, ਅੱਜ 13 ਦਿਹਾੜੇ ਥੀ ਚਿੱਕਣ ਹਾਲੇ ਤੇ ਲਾਪਤਾ ਹੈ, ਕੋਈ ਪਤਾ ਨਹੀਂ ਚੱਲਦਾ ਕਿ ਹਮਾਰੀ ਬੇਟੀ ਮਹਿਨਾਜ਼ ਬੀਬੀ ਕੋ ਅਗਵਾ ਕਰ ਲਿਆ ਗਿਆ ਹੈ। ਵਰਸਾ ਨੇ ਬਤਾਇਆ ਕਿ ਕੁਛ ਮਾਹ ਪਹਿਲੇ ਹਾਸ਼ਦ ਵਲਦ ਰਸੂਲ ਬਖਸ਼ ਕੌਮ ਭੱਟੀ ਜੋ ਕਿ ਹਮਾਰਾ ਰਿਸ਼ਤੇਦਾਰ ਹੈ, ਕੁਛ ਅਰਸਾ ਪਹਿਲੇ ਮੇਰੀ ਬੇਟੀ ਕੇ ਲਈ ਅਫਜ਼ਲ ਨਾਮੀ ਸ਼ਖਸ ਕਾ ਰਿਸ਼ਤਾ ਲੇਕਰ ਆਇਆ ਤੋ ਹਮਨੇ ਇਨਕਾਰ ਕਰ ਦਿਆ, ਤੋ ਮੋਰ ਖਾਰ 9/6/20 ਕੋ ਹਮ ਕਾਮ ਕੇ ਸਿਲਸਿਲੇ ਮੇਂ ਘਰ ਸੇ ਬਾਹਰ ਗਏ ਹੋਏ ਥੇ, ਜਬ ਵਾਪਸ ਆਏ ਤੋ ਹਮਾਰੀ ਬੇਟੀ ਮਹਿਨਾਜ਼ ਬੀਬੀ ਘਰ ਮੇਂ ਮੌਜੂਦ ਨਾ ਥੀ, ਹਮਨੇ ਸ਼ੋਰ ਮਚਾਨਾ ਸ਼ੁਰੂ ਕਰ ਦਿਆ ਤੋ ਮੁਹੱਲੇਦਾਰੋ ਨੇ ਬਤਾਇਆ ਕਿ ਮੁਹੰਮਦ ਅਫਜ਼ਲ ਹਾਸ਼ਮ ਸ਼ਾਨ ਸਲਮਾਨ ਵਗੈਰਾ ਹਮਾਰੇ ਘਰ ਮੇਂ ਦਾਖਲ ਹੋਏ ਔਰ ਹਮਾਰੀ ਬੇਟੀ ਮਹਿਨਾਜ਼ ਬੀਬੀ ਕੋ ਉਠਾ ਕਰ ਲੈ ਗਏ, ਪੁਲਿਸ ਕੋ ਇਤਲਾਹ ਦੇਣੇ ਕੇ ਬਾਵਜੂਦ ਹਮਾਰੀ ਕੋਈ ਕਾਰਵਾਈ ਨਹੀਂ ਕੀ ਗਈ, ਹਮ ਗਰੀਬ ਲੋਗ ਹੈ, ਹਮਾਰੀ ਰੋਟੀ ਵੀ ਮੁਸ਼ਕਿਲ ਸੇ ਪੂਰੀ ਹੋਤੀ ਹੈ, ਹਮਾਰੀ ਕੋਈ ਵੀ ਸੁਣਨੇ ਵਾਲਾ ਨਹੀਂ ਔਰ ਥਾਣਾ ਏਅਰਪੋਰਟ ਕੀ ਪੁਲਿਸ ਵੀ ਕਾਰਵਾਈ ਕਰਨੇ ਸੇ ਗੁਰੇਜ਼ਾ ਹੈ, ਹਮਾਰੀ ਵਜ਼ੀਰ ਆਜ਼ਮ ਇਮਰਾਨ ਖਾਨ, ਵਜ਼ੀਰ ਆਲਾ ਪੰਜਾਬ ਔਰ DPO ਰਹੀਮਿਆਰ ਖਾਨ ਸੇ ਅਪੀਲ ਹੈ ਕਿ ਹਮਾਰੀ ਬੇਟੀ ਵਾਪਸ ਕਰਵਾਈ ਜਾਏ ਔਰ ਮੁਲਜ਼ਮਾਨ ਕੇ ਖਿਲਾਫ ਸਖਤ ਸੇ ਸਖਤ ਕਾਰਵਾਈ ਅਮਲ ਮੇਂ ਲਾਈ ਜਾਏ। ਕੈਮਰਾਮੈਨ ਟੀਮ ਕੇ ਸਾਥ ਮੁਨੀਰ ਅਹਿਮਦ, ਰਾਜ ਨਿਊਜ਼, ਰਹੀਮਿਆਰ ਖਾਨ।